ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ। ਇਸ ਵੀਡੀਓ 'ਚ ਆਪਾਂ ਤੁਹਾਡੇ ਨਾਲ ਗੱਲਬਾਤ ਕਰਾਂਗੇ। ਕੁਝ ਕਿਸਾਨ ਵੀਰਾਂ ਨੂੰ ਕੋਈ ਜਿਹੜੇ ਹੈਗੇ ਖਦਸ਼ੇ ਨੇ, ਕੋਈ ਉਹਨਾਂ ਦੇ ਸਵਾਲ ਨੇ, ਕੋਈ ਉਹਨਾਂ ਦੀ ਚਿੰਤਾ ਕਿ ਕੁਝ ਕਿਸਮਾਂ ਖਾਸ ਤੌਰ 'ਤੇ ਜਿਵੇਂ 303 ਦੀ ਗੱਲ ਕਰਦੇ ਆ ਕਿ ਪਹਿਲਾਂ ਵਧੀਆ ਸੀਗੀ, ਫਟਾਰੇ ਟਾਈਮ ਵਧੀਆ ਸੀ ਤੇ ਜਦੋਂ ਕੋਪ ਚਾਈ ਹੈ। ਤਾਂ ਇਸ ਟਾਈਮ ਦੇ ਉੱਤੇ ਜਿਹੜਾ ਹੈਗਾ ਲੀਫ ਰੋਲਿੰਗ ਮਤਲਬ ਪੱਤੇ ਆ ਜਿਹੜੇ ਉਹ ਗੋਲ-ਗੋਲ ਜੇ ਹੋ ਰਹੇ ਆ ਸਿੱਧੇ ਰੈਕਟ ਹੋ ਕੇ ਤੇ ਕਣਕ ਪਹਿਲਾਂ ਵਧੀਆ ਲੱਗਦੀ ਸੀ ਤੇ ਹੁਣ ਲਿੱਸੀ ਜੀ ਲੱਗਦੀ ਆ ਤੇ ਦਾ ਲੱਗਦਾ ਵੀ ਝਾੜ ਸਾਨੂੰ ਖਦਸ਼ਾ ਵੀ ਝਾੜ ਨਾ ਘਟੇ ਉਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਸੋ ਦੇਖੋ ਜਿਹੜੀਆਂ ਇੱਕ ਕਿਸਮਾਂ ਨੇ ਜਿਵੇਂ ਜਿਵੇਂ ਨਵੀਆਂ ਕਿਸਮਾਂ ਆਉਂਦੀਆਂ ਨੇ ਉਹ ਵੱਧ ਝਾੜ ਲਈ ਬਰੀਡ ਕੀਤੀਆਂ ਜਾਂਦੀਆਂ ਨੇ ਕਿ ਆਪਾਂ ਜਿਹੜਾ ਪ੍ਰੋਪਰ ਉਹਨੂੰ ਨਿਊਟ੍ਰੀਸ਼ਨ ਦੇਈਏ ਸਭ ਤੋਂ ਪਹਿਲਾਂ ਉਹਦੇ ਵਿੱਚ ਜ਼ਮੀਨ ਦੀ ਸਿਹਤ ਹੁੰਦੀ ਹੈ ਕਿ ਜ਼ਮੀਨ ਦੇ ਵਿੱਚ ਜਿਹੜਾ ਆਰਗੈਨਿਕ ਕਾਰਬਨ ਆ ਆਪਾਂ ਰੂੜੀ ਪਾਉਨੇ ਆ ਜਾਂ ਆਪਾਂ ਖੇਤ ਚ ਰੈਨਦ ਖੁੰਦ ਬਾਉਨੇ ਜਾਂ ਹਰੀਆਂ ਖਾਦਾਂ ਕਰਦੇ ਵੀ ਜ਼ਮੀਨ ਚੰਗੀ ਆ ਉਸ ਤੋਂ ਬਾਅਦ ਉਹਦੇ ਬਾਅਦ ਰეკਮੈਂਡੇਸ਼ਨਾਂ ਹੁੰਦੀਆਂ ਜਿਹਦੇ ਵਿੱਚ ਖਾਦਾਂ ਪਾਉਣੀਆਂ ਨੇ ਆਪਾਂ ਜ਼ਰੂਰਤ ਅਨੁਸਾਰ ਤੇ ਸਹੀ ਸਮੇਂ ਤੇ ਤੇ ਸਹੀ ਮਾਤਰਾ ਚ ਇਹ ਨਹੀਂ ਕਿ ਆਪਾਂ ਜਿਹੜਾ ਪਹਿਲਾਂ ਖਾਦਾਂ ਘਟ ਪਾਈਏ ਤੇ ਮਗਰੋਂ ਆ ਕੇ ਜਿਹੜੀ ਹੈਗੀ ਐ ਅਨਸਾਰੇ ਟਾਈਮ ਆ ਕੇ ਖਾਦ ਪਾਉਣ ਲੱਗ ਪਈਏ ਤਾਂ ਫਸਲ ਨੇ ਫੂਡ ਤਾਂ ਜਿਹੜੀ ਲੈਣੀ ਸੀ ਉਹ ਲੈ ਚੁੱਕੇ ਫਿਰ ਹੁੰਦੀ ਹੈ ਇੱਕ ਬੀਜ ਦੀ ਰეკਮੈਂਡੇਸ਼ਨ ਬੀਜ ਦੀ ਮਾਤਰਾ ਆਪਾਂ ਕਿੰਨੀ ਪਾਉਣੇ ਆ ਜਿਵੇਂ ਇਹਦੇ ਵਿੱਚ 40 ਕਿਲੋ ਦੀ ਰეკਮੈਂਡੇਸ਼ਨ ਹੈ ਜਿਹੜੀਆਂ ਤਕਰੀਬਨ ਸਾਰੀਆਂ ਕਿਸਮਾਂ ਦੇ ਮੋٹے ਦਾਣੇ ਵਾਲੀਆਂ ਜਿਵੇਂ ਤੁਸੀਂ ਕਹਿ ਲੋਗੇ ਜਿਵੇਂ ਉਹਨਾਂ ਦੇ ਪੀਬੀਡਬਲ 550 ਵਗੈਰਾ ਹੈਗੀਆਂ 969 ਹੈ ਉਹਨਾਂ ਦੇ ਵਿੱਚ ਜਿਹੜਾ ਹੈਗਾ ਬੀਜ ਦੀ ਮਾਤਰਾ ਥੋੜੀ ਘੱਟ ਰეკਮੈਂਡੇਸ਼ਨ ਹੁੰਦੀ ਮੋਟਾ ਦਾਣਾ ਭਾਰਾ ਉਹਨਾਂ ਦੀ ਗਿਣਤੀ ਨਹੀਂ ਪੂਰੀ ਆਉਂਦੀ ਉਹਨਾਂ ਵਿੱਚ ਤਾਂ ਤੁਸੀਂ ਦੇਖੋ ਵੀ ਤੁਸੀਂ ਤੁਹਾਡੀ ਜ਼ਮੀਨ ਚੰਗੀ ਆ ਉਹਦੇ ਵਿੱਚ ਆਪਾਂ ਖਾਦਾਂ ਪੂਰੀਆਂ ਪਾਈਆਂ ਨੇ ਜ਼ਰੂਰਤ ਅਨੁਸਾਰ ਸਪਰੇਆਂ ਕੀਤੀਆਂ ਨੇ ਜਦੋਂ ਫਸਲ ਫਟਾਰੇ 'ਚ ਸੀਗੀ ਬੀਜ ਦੀ ਮਾਤਰਾ ਆਪਾਂ ਪੂਰੀ ਪਾਈ ਹੈ ਉਦੋਂ ਬਾਅਦ ਆ ਜਾਂਦਾ ਹੈ ਫਸਲ ਦਾ ਵੈਰਾਈਟਲ ਕੈਰੈਕਟਰ ਕਿ ਜਿਹੜੀਆਂ ਜਿਵੇਂ ਵੱਧ ਝਾੜ ਵਾਲੀਆਂ ਖਾਸ ਤੌਰ ਤੇ ਕਿਸਮਾਂ ਹੁੰਦੀਆਂ ਨੇ ਉਹਨਾਂ ਵਿੱਚ ਵੈਰਾਈਟਲ ਕੈਰੈਕਟਰਸ ਹੁੰਦੇ ਆ ਉਹਨਾਂ ਦੇ ਕੁਝ ਬਰੀਡਿੰਗ ਇਸ ਤਰ੍ਹਾਂ ਹੋਈ ਹੁੰਦੀ ਕਿ ਉਹ ਕਿਸੇ ਕਿਸਮ ਦੀ ਕੋਈ ਉਹਨਾਂ ਨੂੰ ਸਟ्रेस ਲੱਗਦੀ ਜਾਂ ਮੌਸਮ 'ਚ ਚੇਂਜ ਆਉਂਦੀ ਹੈ ਤਾਂ ਉਹਨਾਂ ਦੇ ਵਿੱਚ ਐਡਾਪਟੇਸ਼ਨਸ ਜਾਂ ਚੇਂਜੇਸ ਆਉਂਦੀਆਂ ਨੇ ਖਾਸ ਤੌਰ ਤੇ ਜਿਵੇਂ ਹਾਈ ਟੈਂਪਰੇਚਰ ਜਾਂ ਲੋ ਮੌਇਸਚਰ ਜਿਹੜੀ ਰਜਿਮ ਹੈ ਸੋਇਲ ਦੇ ਵਿੱਚ ਮਿੱਟੀ ਦੇ ਵਿੱਚ ਜੇ ਮੌਇਸਚਰ ਘਟਦਾ ਹੈ ਤੇ ਜਾਂ ਟੈਂਪਰੇਚਰ ਥੋੜਾ ਜਿਆਦਾ ਵੱਧਾ ਹੈ ਜਾਂ ਜਿਵੇਂ ਜਦੋਂ ਆਤਰੀਲ ਪੈਂਦੀ ਆ ਤਾਂ ਜੇ ਥੱਲੇ ਲੋ ਮੌਇਸਚਰ ਹੈ ਜ਼ਮੀਨ ਦੇ ਵਿੱਚ ਮੌਇਸਚਰ ਘਟਾ ਹੈ ਤਾਂ ਉਹਦੇ ਵਿੱਚ ਉਹ ਲੀਫ ਇਰੈਕਟਨੈਸ ਮਤਲਬ ਪੱਤਾ ਸਿੱਧਾ ਖੜਾ ਹੋ ਕੇ ਤੇ ਗੋਲ-ਗੋਲ ਹੋ ਜਾਂਦਾ ਕਿ ਉਹ ਜਿਹੜਾ ਮੌਇਸਚਰ ਨੂੰ ਇਕੱਠਾ ਕਰਕੇ ਸਾਰੇ ਨੂੰ ਥੱਲੇ ਬੂਟੇ ਦੀ ਜੜ ਤੱਕ ਲੈ ਕੇ ਜਾਵੇ ਤੇ ਉਹਦੀ ਵਰਤੋਂ ਕਰੇ ਇੱਕ ਘਬਰਾਉਣ ਵਾਲੀ ਗੱਲ ਨਹੀਂ ਹੁੰਦੀ ਤੁਸੀਂ ਦੇਖੋ ਕਿ ਤੁਸੀਂ ਆਪਦੀਆਂ ਖਾਦਾਂ ਸਾਰੀਆਂ ਉਹਦੇ ਵਿੱਚ ਖਰਾਕ ਪੂਰੀ ਦਿੱਤੀ ਹੋਈ ਹੈ ਬੀਜ ਦੀ ਮਾਤਰਾ ਪੂਰੀ ਦਿੱਤੀ ਹੋਈ ਹੈ ਤੇ ਪਲੱਸ ਫਿਰ ਤੁਸੀਂ ਚੈੱਕ ਕਰਨਾ ਹੈ ਕਿ ਜ਼ਮੀਨ ਦੇ ਵਿੱਚ ਕਿਤੇ ਮੌਇਸਚਰ ਸਟ्रेस ਤਾਂ ਨਹੀਂ ਹੈਗੀ ਕਿ ਤੁਹਾਡਾ ਪਾਣੀ ਹੈ ਜਿਹੜਾ ਕਿਉਂਕਿ ਖਾਸ ਤੌਰ ਤੇ ਜਵੇਂ ਗੂਬ ਸਮੇਂ ਜਾਂ ਉਸ ਤੋਂ ਬਾਅਦ ਆਪਾਂ ਸਾਰੇ ਟਾਈਮ ਜਾਂ ਮਿਲਕ ਸਟੇਜ ਦੇ ਉੱਤੇ ਫਸਲ ਵੱਢਣ ਤੋਂ ਪਹਿਲਾਂ ਪਹਿਲਾਂ ਜਿੰਨੇ ਵੀ ਪਾਣੀ ਆਪਾਂ 1 2 ਲਾਉਣੇ ਆ 3 ਲਾਉਣੇ ਆ ਤਾਂ ਉਹ ਮੈਂ ਤੁਹਾਡੇ ਨਾਲ ਪਹਿਲਾਂ ਵੀ ਵੀਡੀਓ 'ਚ ਗੱਲ ਕੀਤੀ ਸੀ ਕਿ ਉਹ ਆਪਾਂ ਗਿੱਲੇ ਮੂੰਹ ਬੱਤਰ ਦੇ ਉੱਤੇ ਹੀ ਲਾ ਦੇਣੇ ਆ ਕਿ ਤੁਹਾਡੇ ਗਣ ਦੀ ਕਣਕ ਨੂੰ ਬਹੁਤੀ ਸਮੱਸਿਆ ਨਹੀਂ ਹੋਊਗੀ ਇੱਕੋ ਦੀ ਜੜਾਂ ਦੀ ਪਕੜ ਨਹੀਂ ਘਟੂਗੀ ਉਹਦਾ ਨਾੜ ਕਮਜ਼ੋਰ ਨਹੀਂ ਹੋਊਗਾ ਫਸਲ ਢਿੱਗੂਗੀ ਨਹੀਂ ਤੇ ਮੌਇਸਚਰ ਦਾ ਆਪਾਂ ਫਾਇਦਾ ਵੀ ਪੂਰਾ ਜ਼ਮੀਨ 'ਚ ਲਾਵਾਂਗੇ ਜੇ ਇਸ ਟਾਈਮ ਤੇ ਮੌਇਸਚਰ ਸਟ੍ਰੈਸ ਆ ਫਿਰ ਵੀ ਲੀਫ ਰੋਲ ਜਾਂ ਲੀਫ ਰੈਕਟਨੈਸ ਹੋ ਸਕਦੀ ਆ ਤਾਂ ਇਹ ਤੁਸੀਂ ਚੈੱਕ ਕਰ ਲਓ ਕਿਸੇ ਕਿਸਮ ਦੀ ਕੋਈ ਘਬਰਾਉਣ ਦੀ ਜਰੂਰਤ ਨਹੀਂ ਹੈ ਜਿਹੜੀਆਂ ਚੰਗੀਆਂ ਜਿਹੜੀਆਂ ਕਿਸਮਾਂ ਨੇ ਖਾਸ ਤੌਰ ਤੇ ਜਿਵੇਂ PBW ਕਿਸਮਾਂ ਲਾਈਆਂ ਹੋਈਆਂ ਨੇ 826 ਹੈ ਖਾਸ ਤੌਰ ਤੇ ਇਸ ਵਾਰ ਬਹੁਤ ਜਿਹੜੀ ਟਾਪ ਦੀ ਕਿਸਮਾਂ ਨਵੀਂ ਕਿਸਮ ਦਿੱਤੀ ਗਈ ਹੈ ਪੀਏਯੂ ਲੁਧਿਆਣਾ ਵੱਲੋਂ ਜਾਂ ਡੀਵੀਡਬਲ ਵੈਰਾਈਟੀਆਂ ਨੇ ਵੱਧ ਜਾਣੀਆਂ ਕਿਸਮਾਂ ਬਰੀਡ ਇਸ ਤਰ੍ਹਾਂ ਕੀਤੀਆਂ ਹੁੰਦੀਆਂ ਕਿ ਉਹਨਾਂ ਦੇ ਵਿੱਚ ਕੁਝ ਕੁਝ ਜਿਹੜੀਆਂ ਚੇਂਜਸ ਕਈ ਵਾਰ ਆ ਜਾਂਦੀਆਂ ਨੇ ਮੌਸਮ ਦੇ ਅਨੁਸਾਰ ਜਾਂ ਸਮੇਂ ਦੇ ਅਨੁਸਾਰ ਜਾਂ ਆਪਦੀ ਗ੍ਰੋਥ ਸਟੇਜ ਦੇ ਅਨੁਸਾਰ ਬਸ ਇਹ ਚੈੱਕ ਕਰ ਲਓ ਕਿ ਜਿਹੜਾ ਉਹਦੇ ਵਿੱਚ ਥੱਲੇ ਮੌਇਸਚਰ ਸਟ੍ਰੈਸ ਵਗੈਰਾ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਵੇ ਪਾਣੀ ਲਾਉਣ ਵਾਲਾ ਤਾਂ ਲਾ ਦਿਓ ਹੋਰ ਕੋਈ ਘਬਰਾਉਣ ਦੀ ਜ਼ਰੂਰਤ ਨਹੀਂ ਵਧੀਆ ਚਾੜ ਦੇਣੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ